ਸਟਾਰ। ਜੰਮੂ ਕਸ਼ਮੀਰ ਵਿੱਚ ਚੋਣ ਅਖਾੜਾ ਭਖਦਾ ਜਾ ਰਿਹਾ ਹੈ ਡੰਡੀ। ਕਈ ਕਾਰਨਾਂ ਕਰਕੇ ਇਸ ਉੱਤੇ ਦੇਸ਼ ਭਰ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਡੰਡੀ। ਇਸ ਖੇਤਰ ਨੂੰ ਦੇਸ਼ ਤੋਂ ਅਲੱਗ ਵਿਸ਼ੇਸ਼ ਦਰਜਾ ਪ੍ਰਾਪਤ ਸੀ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਕਿਹਾ ਜਾਂਦਾ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਇੱਥੇ ਅਜਿਹੇ ਹਾਲਾਤ ਪੈਦਾ ਹੋ ਗਏ ਸਨ ਜਿਨ੍ਹਾਂ ਕਾਰਨ ਉਸ ਸਮੇਂ ਇਸ ਨਾਲ ਸਮੁੱਚੇ ਦੇਸ਼ ਤੋਂ ਵੱਖਰੇ ਢੰਗ ਨਾਲ ਪ੍ਰਸ਼ਾਸਨਿਕ ਤੌਰ ਉੱਤੇ ਨਿਪਟਣ ਦੀ ਮਜਬੂਰੀ ਬਣ ਗਈ ਸੀ ਡੰਡੀ। ਇੱਥੋਂ ਦੇ ਰਾਜਾ ਹਰੀ ਸਿੰਘ ਨੇ ਉਸ ਸਮੇਂ ਤੱਕ ਆਪਣੇ ਰਾਜ ਨੂੰ ਆਜ਼ਾਦ ਰੱਖਣ ਦੀ ਅੜੀ ਜਾਰੀ ਰੱਖੀ ਸੀ। ਜਦੋਂ ਤੱਕ ਨਵੇਂ ਬਣੇ ਪਾਕਿਸਤਾਨ ਨੇ ਇਸ ਨੂੰ ਹਥਿਆਉਣ ਲਈ ਇੱਥੇ ਹਮਲਾ ਨਹੀਂ ਸੀ ਕੀਤਾ ਡੰਡੀ। ਹਰੀ ਸਿੰਘ ਤਾਂ ਡਰ ਕੇ ਜੰਮੂ ਦੌੜ ਆਇਆ ਸੀ ਡੰਡੀ। ਉਸ ਸਮੇਂ ਵਿੱਚ ਪਾਕਿਸਤਾਨ ਨੇ ਇਸ ਰਾਜ ਦੇ ਵੱਡੇ ਖੇਤਰ ਉੱਤੇ ਕਬਜ਼ਾ ਕਰ ਲਿਆ ਸੀ ਡੰਡੀ। ਹਰੀ ਸਿੰਘ ਵੱਲੋਂ ਮਜਬੂਰੀ ਵੱਸ ਆਪਣੀ ਅੜੀ ਖਤਮ ਕਰਨ ਤੋਂ ਬਾਅਦ ਭਾਰਤੀ ਫੌਜਾਂ ਨੇ ਰਹਿੰਦੇ ਇਸ ਰਾਜ ਨੂੰ ਬਚਾ ਲਿਆ ਸੀ ਡੰਡੀ। ਉਸ ਤੋਂ ਪਿੱਛੋਂ ਸਮੇਂ ਸਮੇਂ ਇੱਥੇ ਵੱਡੀਆਂ ਤਬਦੀਲੀਆਂ ਆਈਆਂ ਡੰਡੀ। ਵੱਖਰੇ ਝੰਡੇ ਦੀ ਥਾਂ ਕੌਮੀ ਝੰਡੇ ਨੇ ਲੈ ਲਈ ਡੰਡੀ। ਪ੍ਰਧਾਨ ਮੰਤਰੀ ਦੀ ਥਾਂ ਮੁੱਖ ਮੰਤਰੀ ਨੇ ਲੈ ਲਈ, ਪਰ ਉਸ ਸਮੇਂ ਆਇਦ ਕੀਤੀ ਗਈ ਧਾਰਾ 370 ਅਤੇ 35A ਨੂੰ ਕਾਇਮ ਰਹਿਣ ਦਿੱਤਾ ਗਿਆ ਡੰਡੀ। ਚਾਹੇ ਇਸ ਆਰਜ਼ੀ ਵਿਵਸਥਾ ਸੀ, ਪਰ ਬਣੇ ਸਿਆਸੀ ਹਾਲਾਤ ਕਰਕੇ ਮਿਲੇ ਇਸ ਵਿਸ਼ੇਸ਼ ਦਰਜੇ ਨੂੰ ਤੋੜਨ ਦੀ ਹਿੰਮਤ ਕੋਈ ਨਾ ਕਰ ਸਕਿਆ ਡੰਡੀ। ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਕਾਂਗਰਸ ਨੇ ਆਪਣਾ ਅਜਿਹਾ ਵਤੀਰਾ ਜਾਰੀ ਰੱਖਿਆ, ਜਦੋਂ ਕਿ ਉਸ ਸਮੇਂ ਜਨ ਸੰਘ ਅਤੇ ਬਾਅਦ ਵਿੱਚ ਬਣੀ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਇਸ ਦਰਜੇ ਨੂੰ ਖਤਮ ਕਰਨ ਦੀ ਗੱਲ ਆਖੀ ਸੀ ਡੰਡੀ। ਸ਼ੇਖ ਅਬਦੁੱਲਾ ਇੱਥੋਂ ਦੇ ਵੱਡੇ ਆਗੂ ਸਨ ਡੰਡੀ। ਉਸ ਨੂੰ ਇੱਥੇ ਵੱਡਾ ਹੁੰਗਾਰਾ ਮਿਲਦਾ ਰਿਹਾ, ਪਰ ਸ਼ੇਖ ਅਬਦੁੱਲਾ ਨੇ ਹਮੇਸ਼ਾ ਜੰਮੂ ਕਸ਼ਮੀਰ ਦੀ ਆਜ਼ਾਦ ਹਸਤੀ ਦੀ ਗੱਲ ਕੀਤੀ, ਜਿਸ ਕਰਕੇ ਉਸ ਨੂੰ ਲੰਮਾ ਸਮਾਂ ਨਜ਼ਰਬੰਦ ਰੱਖਿਆ ਗਿਆ ਡੰਡੀ। ਕਾਂਗਰਸ ਦੀ ਮਦਦ ਨਾਲ ਉਸ ਤੋਂ ਬਾਅਦ ਨੈਸ਼ਨਲ ਕਾਨਫਰੰਸ ਵੱਲੋਂ ਬਖਸ਼ੀ ਗੁਲਾਮ ਮੁਹੰਮਦ ਮੁੱਖ ਮੰਤਰੀ ਬਣਿਆ ਅਤੇ ਉਸ ਤੋਂ ਬਾਅਦ ਗੁਲਾਮ ਮੁਹੰਮਦ ਸਾਦਿਕ ਨੇ ਇਹ ਅਹੁਦਾ ਸੰਭਾਲਿਆ ਡੰਡੀ। ਬਾਅਦ ਵਿੱਚ ਇੰਦਰਾ ਗਾਂਧੀ ਅਤੇ ਸ਼ੇਖ ਅਬਦੁੱਲਾ ਵਿੱਚ 1975 ਵਿੱਚ ਸਮਝੌਤਾ ਹੋਇਆ ਡੰਡੀ।
ਉਸ ਤੋਂ ਬਾਅਦ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦਾ ਹੀ ਇਸ ਸੂਬੇ ਵਿੱਚ ਦਬਦਬਾ ਬਣਿਆ ਰਿਹਾ। ਡੈਂਡੀ 1982 ਵਿੱਚ ਸ਼ੇਖ ਅਬਦੁੱਲਾ ਦੀ ਮੌਤ ਤੋਂ ਬਾਅਦ ਉਸ ਦਾ ਲੜਕਾ ਫਾਰੂਕ ਅਬਦੁੱਲਾ ਮੁੱਖ ਮੰਤਰੀ ਬਣਿਆ, ਪਰ ਇਸ ਰਾਜ ਵਿੱਚ ਸਿਆਸੀ ਸਥਿਰਤਾ ਨਾ ਆ ਸਕੀ, ਭਾਵੇਂ ਕਿ ਚਾਹੇ ਇੱਥੇ ਲਗਾਤਾਰ ਚੋਣਾਂ ਹੁੰਦੀਆਂ ਰਹੀਆਂ। ਡੈਂਡੀ 1990 ਤੋਂ ਬਾਅਦ ਪਾਕਿਸਤਾਨ ਵੱਲੋਂ ਧਾਰੀ ਨੀਤੀ ਕਰਕੇ ਇੱਥੇ ਹਥਿਆਰਬੰਦ ਘੁਸਪੈਠੀਏ ਆਉਂਦੇ ਰਹੇ ਅਤੇ ਇਸ ਨੂੰ ਲਹੂ ਲੁਹਾਣ ਕਰਦੇ ਰਹੇ। ਡੈਂਡੀ ਕੋਈ ਵੀ ਸਰਕਾਰ ਵੱਡੇ ਯਤਨਾਂ ਦੇ ਬਾਵਜੂਦ ਇੱਥੇ